ਹਾਂਜੀ ਭਾਈ, ਕਿਵੇਂ ਹੋ ਸਾਰਿਆਂ? ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਆਪਾਂ ਚੱਲੇ ਹਾਂ ਸ਼੍ਰੀ ਮੁਕਤਸਰ ਸਾਹਿਬ, ਅਤੇ ਉੱਥੇ ਤੁਹਾਨੂੰ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ, ਅਤੇ ਸਾਰਾ ਤੁਹਾਨੂੰ ਦਿਖਾਉਂਦੇ ਹਾਂ ਮਾਘੀ ਦੇ ਮੇਲੇ 'ਤੇ। ਚਲੋ ਆ ਜਾਓ, ਚੱਲੀਏ ਫਿਰ। ਹੁਣ ਆਪਾਂ ਪਿੰਡੋਂ ਤੁਰ ਪਏ ਹਾਂ, ਹਲੇ ਹਨੇਰਾ ਹੀ ਆ, ਅਤੇ ਉੱਥੇ ਜਾ ਕੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਗੁਰਦੁਆਰਾ ਸਾਹਿਬ। ਚਲੋ ਆ ਜਾਓ, ਚੱਲੀਏ। ਅਤੇ ਹਾਂਜੀ, ਹੁਣ ਆਪਾਂ ਪਹੁੰਚ ਚੁੱਕੇ ਹਾਂ, ਤੁਸੀਂ ਕਰ ਸਕਦੇ ਹੋ ਸਾਰੇ ਜਣੇ ਦਰਸ਼ਨ ਸ਼੍ਰੀ ਮੁਕਤਸਰ ਸਾਹਿਬ ਦੇ। ਦੇਖ ਸਕਦੇ ਹੋ ਬਹੁਤ ਜ਼ਿਆਦਾ ਧੁੰਦ ਆ, ਸਰੋਵਰ ਨਹੀਂ ਦਿਖ ਰਿਹਾ। ਗੁਰਦੁਆਰਾ ਦਰਬਾਰ ਸਾਹਿਬ ਦੇ ਜਿਵੇਂ ਮਗਰੀ ਆ ਗਏ ਸੀਗੇ ਅਸੀਂ, ਅਤੇ ਹੁਣ ਤੁਸੀਂ ਦਰਸ਼ਨ ਕਰਾਉਂਦੇ ਹਾਂ, ਇਸ਼ਨਾਨ ਕਰਕੇ ਫਿਰ ਆਪਾਂ ਅੰਦਰ ਵੜਦੇ ਹਾਂ, ਦਰਸ਼ਨ ਕਰਕੇ ਫਿਰ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ। ਅਤੇ ਹੁਣ ਜੀ ਆਪਾਂ ਮੱਥਾ ਟੇਕ ਲਿਆ ਗੁਰੂ ਘਰ, ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਟਰੈਕਟਰਾਂ ਦੀ ਐਗਜੀਬਿਸ਼ਨ ਲੱਗੀ ਹੈ। ਦੇਖੋ ਪਿੱਛੇ ਲੇਜ਼ਰ ਕਰਾ ਖੜ੍ਹੇ ਨੇ, ਚੂੜੀ ਵਾਲੀ ਮਸ਼ੀਨ, ਸਾਰੇ ਐਗਰੀ ਜੂਨ ਵਾਲਿਆਂ ਨੂੰ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਇੰਪਲੀਮੈਂਟ, ਸਾਰੇ ਇੰਪਲੀਮੈਂਟ ਦਿਖਾਉਂਦੇ ਹਾਂ। ਜਿਹੜੀ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਜਿਹੜੀ ਟਰੈਕਟਰ ਦੀ, ਇਹ ਟਰੈਕਟਰ ਆਪਣੀਆਂ ਅਗਲੀਆਂ ਵੀਡੀਓ ਦੇ ਵਿੱਚ ਆਊਗਾ। ਇਹ ਟਰੈਕਟਰ 1962 ਦਾ ਹੀ ਪਾਵਰ ਸਟੀਅਰਿੰਗ ਹੋ ਕੇ ਆਇਆ ਕੰਪਨੀ ਦੇ ਵਿੱਚੋਂ। ਆਪਾਂ ਤਾਂ 1964 ਦੀ ਬਣਾਈ ਸੀ ਵੀ ਇਹ ਇੰਡੀਆ ਦਾ ਸਭ ਤੋਂ ਪਹਿਲਾ ਟਰੈਕਟਰ ਆ ਪਾਵਰ, ਪਰ ਬਾਈ ਜੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ 1962 ਵੀ ਖੜਾ, ਆਪਾਂ ਇਹਦੀ ਵੀਡੀਓ ਪਾਵਾਂਗੇ। ਇਹ ਵੀ ਮੈਸੀ ਫਰਗਿਊਸ਼ਨ ਹੀ ਆ 205, ਅਤੇ ਬਾਈ ਉਹਨਾਂ ਕੋਲ ਹੋਰ ਬਹੁਤ ਖੜੇ ਨੇ ਟਰੈਕਟਰ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੋਰ ਇੱਦਾਂ ਦੀਆਂ ਵੀਡੀਓ ਦੇਖਣ ਲਈ, ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਦਿਖਾਉਂਦੇ ਹਾਂ। ਅਤੇ ਇਹ ਵੀਰੇ ਕਿੰਨੇ ਕਲਟੀਵੇਟਰ ਨੇ ਜੀ ਇਹ? ਅੱਛਾ, ਕੀ ਪ੍ਰਾਈਸ ਪ੍ਰੂਈਸ ਹੈ ਵੀਰੇ ਇਹਨਾਂ ਦਾ? ਅੱਛਾ, 75,000। ਕੀ ਇਹ 'ਚ ਖਾਸੀਅਤ ਕੀ ਆ? ਅੱਛਾ ਜੀ, ਤੇ ਇੱਕ ਹੈਵੀ ਬਣੇ ਹੋਏ ਆ ਜਿਹੜੇ ਆ 4 ਕੁਇੰਟਲ। ਅੱਛਾ ਜੀ, ਤੇ ਹੋਰ ਵੀ ਦੱਸ ਦਿਓ, ਹੋਰ ਜਿਹੜੇ ਆਪਣੇ ਹੈਗੇ ਆ ਇੱਥੇ, ਆਹ ਮਸ਼ੀਨ ਬਾਰੇ ਦੱਸ ਦਿਓ ਜੀ। ਇਹ ਮਸ਼ੀਨ ਆਪਣੀ ਐਗਰੀ ਜੋਨ ਦੀ ਇਸ ਵਾਰੀ ਲਾਂਚ ਹੋਈ ਹੈ ਜੀ। ਅੱਛਾ ਜੀ, ਠੀਕ ਆ ਜੀ। ਹਾਂਜੀ, ਇਹ ਆਪਣਾ ਮੇਲੇ ਕਰਕੇ ਇਹਦਾ ਪ੍ਰਾਈਸ 3,05,000 ਚੱਪਨ ਪੈ ਜੀ। ਠੀਕ ਆ ਜੀ, 0 ਟ੍ਰੇਲ ਆ ਜੀ। ਹਾਂਜੀ, ਇਹ 13 ਬੋਰੀ 0 ਟ੍ਰੇਲ ਆ। ਠੀਕ ਆ ਜੀ, ਇਹ ਆਪਣੀ 65,000 ਦੀ 0 ਟ੍ਰੇਲ ਆ ਜੀ। ਠੀਕ ਆ ਜੀ, ਸਾਰੀ ਪਾਊਡਰ ਕੋਟਡ ਪੇਂਟ ਆ। ਠੀਕ ਆ ਜੀ, ਕੋਈ ਵੀ ਸਫਾਈ ਫੁੱਲ ਆ ਜੀ। ਠੀਕ ਆ, ਮਤਲਬ ਵੈਲਡ ਘੱਟ ਯੂਜ ਕੀਤਾ, ਇੱਕੋ ਹੀ ਛੂਟ ਦੀ, ਜੋ ਵੀ ਤੁਸੀਂ ਹੱਬ ਵੇਖੋਗੇ ਸਾਰੀ ਕੁਛ ਇੱਕੋ ਹੀ ਆ। ਹਾਂਜੀ ਹਾਂਜੀ, ਔਰ ਇਹ ਇੰਪੋਰਟਡ ਬੈਰਿੰਗ ਜਿਹੜੇ ਆ ਉਹ ਵੀ ਓਰੀਜਨਲ ਹੀ। ਠੀਕ ਆ ਜੀ, ਲੇਜ਼ਰ ਕਰਾ ਬਾਰੇ ਵੀ ਦੱਸ ਦਿਓ ਜੀ ਆਪਣੇ। ਲੇਜ਼ਰ ਜੀ ਆਪਣਾ ਐਗਰੀ ਜੋਨ ਦਾ ਆਪਦਾ ਸਿਸਟਮ ਆ। ਅੱਛਾ ਜੀ, ਆਪਦਾ ਯਾਨੀ ਕਿ ਸਾਰਾ ਕੰਪਿਊਟਰ ਆ ਆਪਦੇ ਕੰਨਿਓ ਕੀਤਾ ਗਿਆ? ਤੁਹਾਡੇ ਕੰਨਿਓ ਆਪਦੇ ਕੰਨਿਓ, ਜਿਹੜਾ ਇਹਦਾ ਉੱਪਰ ਸਿਸਟਮ ਲੱਗਦਾ ਉਹ ਵੀ ਆਪਦਾ ਹੀ ਐਗਰੀ ਜੋਨ ਦਾ। ਅੱਛਾ ਜੀ, 2 ਸਾਲਾਂ ਦੀ ਵਾਰੰਟੀ ਆ ਜੀ ਉਹਦੀ। ਠੀਕ ਆ ਜੀ, ਤੇ ਆਪਾਂ ਨੂੰ ਇਹ ਸਾਰਾ 3,05,000 ਦਾ ਪੈ ਜੂਗਾ। ਠੀਕ ਆ ਜੀ, ਇਹ ਵਿੱਚ ਇਹ ਸਿਸਟਮ। ਠੀਕ ਆ ਜੀ, ਸਿਸਟਮ ਦਾ ਇਹ ਆ ਜੀ ਕਿ ਕੋਈ ਰੇਂਜ ਨਹੀਂ ਛੱਡਦਾ, ਤਾਰਾਂ ਥੱਲੇ ਨਹੀਂ ਛੱਡਦਾ। ਠੀਕ ਆ ਜੀ, ਜਾਂ ਕੋਈ ਲਾਗੇ ਚੱਲਦਾ ਪਿਆ ਉਹਦੀ ਵੀ ਨਹੀਂ ਰੇਂਜ ਛੱਡੂਗਾ ਇਹ। ਠੀਕ ਆ ਜੀ, ਇਹ ਕਿੰਨੇ ਫੁੱਟਾ ਕਿੰਨਾ ਹੈ ਜੀ? ਇਹ 7 ਫੁੱਟਾ ਜੀ। 7 ਫੁੱਟਾ ਕਿਹੜੇ ਕਿੰਨੇ ਕਿੰਨੇ HP ਦੇ ਟਰੈਕਟਰ ਵਾਸਤੇ ਵਧੀਆ? 55 HP ਦਾ ਟਰੈਕਟਰ ਵਧੀਆ ਖਿੱਚਣਗੇ। 55 HP। ਠੀਕ ਹੈ ਜੀ, ਹੁਣ ਉਹ ਰੂਟਾਵੇਟਰ ਦੇ ਵਿੱਚ ਕੀ ਮੋਡੀਫਿਕੇਸ਼ਨ ਕੀਤੀ ਹੈ ਜੀ? ਉਹਦੇ ਵਿੱਚ ਜੀ ਜਿਹੜੇ ਇੱਕ ਤਾਂ ਇਹ ਫੜੇ ਲਾਤੇ 4, ਜਿਨ੍ਹਾਂ ਕਰਕੇ ਜਿਹੜੀ ਰੂਟਾਵੇਟਰ ਧੜਕਦਾ ਹੈ। ਹਾਂਜੀ, ਇੱਕ ਦਿਨ ਦੀ ਧੜਕ ਕੱਟ ਜਾਂਦੀ ਆ। ਠੀਕ ਹੈ ਜੀ, ਇੱਕ ਜੀ ਆਪਾਂ ਰੂਟਾਵੇਟਰ ਚਲਾਉਂਦੇ ਆ। ਹਾਂਜੀ, ਤੇ ਥੱਲਿਓ ਜਿਹੜੀ ਪੈਲੀ ਆ ਉਹ ਜਮਾਂ ਮਤਲਬ ਕਰੰਟ ਕਰ ਦਿੰਦਾ ਰੂਟਾਵੇਟਰ। ਅੱਛਾ ਜੀ, ਉਹਦੇ ਲਈ ਆਪਾਂ ਨੂੰ ਇਹ ਸੱਬਲ ਵੀ ਮਾਰਨੀ ਪੈਂਦੀ ਕਿ ਜਿਹੜੀ ਪੈਲੀ ਆ ਉਹ ਪਾਣੀ ਸੁਕਾਉਣ ਲੱਗ ਜੇ। ਅੱਛਾ ਜੀ, ਉਹਦੇ ਕਰਕੇ ਲਾਏ ਹੋਏ ਆ, ਤੇ ਪਾਣੀ ਜਿਹੜਾ ਕਣਕ ਤੋਂ ਪਹਿਲਾਂ ਆਪਾਂ ਜਿਵੇਂ ਨਹਾਉਂਦੇ ਆ ਉਹ ਪਾਣੀ ਫਿਰ ਖੜੂਗਾ ਨਹੀਂ। ਠੀਕ ਆ ਜੀ, ਇੱਕ ਧੜਕ ਸਾਰਿਆਂ ਨਾਲ ਵੱਧ ਕਰਨੇ ਆ ਕਿ ਧੜਕ ਜਿਹੜੀ ਆ ਉਹ ਘੱਟ ਜਾਂਦੀ ਆ, ਕਿਉਂਕਿ ਇਹ ਧੜਕ ਨੂੰ ਰੋਕ ਕੇ ਰੱਖਦਾ ਰੂਟਾਵੇਟਰ ਦੇ। ਉਹਦਾ ਖਿਚਾਅ ਦਾ ਤਾਂ ਕੋਈ ਪੰਗਾ ਨਹੀਂ ਹੁੰਦਾ ਹੈਗਾ। ਖਿਚਾਅ ਦਾ ਤਾਂ ਚੱਕਰ ਇਹ ਹੈ ਜੀ, ਆਪਾਂ ਜਦੋਂ ਵੀ ਰੂਟਾਵੇਟਰ ਚਲਾਉਂਦੇ ਆ। ਹਾਂਜੀ, ਰੂਟਾਵੇਟਰ ਸਭ ਉਹ ਧੱਕਦਾ ਟਰੈਕਟਰ ਨੂੰ। ਹਾਂਜੀ, ਕਿਉਂਕਿ ਪੀਡੀਓ ਸ਼ਾਫਟ ਨੇ ਜਿਹੜਾ ਵਾ ਉਹ ਫਾਰਵਰਡ ਚੱਕਰ ਕਰਕੇ ਉਹਦੇ ਕਰਕੇ ਤਾਂ ਜਿਹੜਾ ਟਰੈਕਟਰ ਆ ਟਰੈਕਟਰ ਨੇ ਫਾਲੇ ਖਿੱਚਣੇ ਆ ਜੀ। ਠੀਕ ਆ, ਇਹਦਾ ਕੀ ਪ੍ਰਾਈਸ ਆ ਜੀ? ਇਹਦਾ ਪ੍ਰਾਈਸ ਆਪਾਂ ਨੂੰ 1,40,000 ਤੇ ਪੈ ਜੂਗਾ ਜੀ, ਮੇਲੇ ਕਰਕੇ ਡਿਸਕਾਊਂਟ ਚੱਲਦਾ 1,35 ਚ ਪੈ ਜੂ। ਠੀਕ ਆ ਜੀ, ਇਹਦਾ ਵੀ ਦੱਸ ਦਿਓ, ਇਹਦਾ ਦੱਸਿਓ ਨੀ। ਇਹਦਾ ਜੀ 3,05,000 ਰੁਪਇਆ। ਠੀਕ ਆ ਜੀ, ਪ੍ਰਾਈਸ 3,15,000। ਠੀਕ ਆ ਜੀ, ਕੀ ਫੀਚਰ ਨੇ ਵੀਰੇ ਇਹਦੇ?
ਜਿਹੜਾ ਆਪਣਾ ਨਵਾਂ ਲਾਂਚ ਹੋਇਆ ਰਾਮਗੜੀਏ ਦਾ, ਇਹ ਰੂਟਾਵੇਟਰ ਬਾਰੇ ਮਾੜੀ ਜਿਹੀ ਜਾਣਕਾਰੀ ਦਿਓ ਜੀ, ਵੀ ਕਿੰਨਾ ਫੁੱਟਾ, ਕਿੰਨਾ ਇਹਦਾ ਪ੍ਰਾਈਸ? ਅੱਛਾ ਜੀ, 12 ਫੁੱਟਾਂ ਵਾ। ਕਿੰਨੇ ਐਚ ਪੀ ਦੇ ਟਰੈਕਟਰ ਵਾਸਤੇ? 75 ਐਚ ਪੀ ਦੇ। ਕੀ ਇਸ ਵਿੱਚ ਮੋਡੀਫਿਕੇਸ਼ਨ ਜਿਹੜੀ ਨਵੇਂ ਢੰਗ ਦੇ ਨਾਲ ਆਈ ਹੈ? ਅੱਛਾ ਜੀ, ਦੂਜੇ ਲੋਡ ਕਰਤਾ, ਟਰਾਲੀ ਦਾ? ਠੀਕ ਆ ਜੀ, ਹਾਂਜੀ। ਤੇ ਬਾਕੀ ਟਰੈਕਟਰ ਨੂੰ ਲੈਫਟ ਨੂੰ ਚੱਕਿਆ? ਅੱਛਾ ਜੀ, ਪ੍ਰਾਈਸ ਪ੍ਰੂਈਸ ਕੀ ਹੈ ਜੀ ਇਹਦਾ? ਬਗੈਰ ਟਰਾਲੀ ਤੋਂ ਹੈਗਾ ਜੀ 1,75,000। ਅੱਛਾ, 1,75,000 ਰੁਪਏ ਦਾ। ਗਰੰਟੀ ਵਰੰਟੀ ਕਾ ਦੀ ਜੀ? 20 ਸਾਲ ਦੀ। ਠੀਕ ਆ ਜੀ, 20 ਸਾਲ ਦੀ। ਠੀਕ ਆ ਜੀ, ਉਹ 12 ਫੁੱਟਾ ਪਰ ਲੇਜ਼ਰ ਉਹ ਕਿੰਨਾ, ਉਹ ਕਿੰਨਾ ਕੀ ਹੁੰਦੀ ਉਹਦੇ ਵਿੱਚ? ਉਹਦੇ 'ਚ ਮਤਲਬ ਜੀ 12 ਫੁੱਟ ਦਾ 75 ਕਿਲੋ ਦਾ ਚੱਲਣਾ। ਅੱਛਾ ਜੀ, ਤੇ ਫੋਲਡ ਹੋ ਜਾਂਦਾ, ਮਤਲਬ ਰਾਹ ਦੇ ਜਾਣਾ ਸੌਖਾ। ਹਾਂਜੀ, ਈਜ਼ੀ ਆ ਫੋਲਡ ਹੋ ਜਾਂਦਾ ਇੱਥੋਂ, ਇੱਥੇ ਫੋਲਡ ਹੋ ਜਾਂਦਾ। ਹਾਂਜੀ, ਤੇ ਸਿਸਟਮ ਇਹਦੇ ਵਿੱਚ ਕਿਹੜੀ ਕੰਪਨੀ ਦਾ ਜੀ? ਲਾਈਕਾ ਲਾ ਦਾਂਗੇ, TNT ਦਾ ਲਾ ਦਾਂਗੇ। ਅੱਛਾ, ਲਾਈਕਾ ਦਾ ਵੀ TNT ਦਾ। ਇਹ 75 HP ਦੇ ਲਈ ਨੇਗੇ ਦੋ ਹੀ? ਠੀਕ ਹੈ ਜੀ, ਇਹਦਾ ਕੀ ਪ੍ਰਾਈਸ ਆ? 10 ਫੁੱਟ ਸੁਪਰ ਹੀਟਰ ਪਿਆ। ਹਾਂਜੀ, ਉਹ ਵੀ ਦਿਖਾਉਂਦੇ ਆ। ਇਹਦਾ ਕੀ ਪ੍ਰਾਈਸ ਆ ਜੀ? ਇਕੱਲੀ ਬੁੱਕ ਤੇ 2,35 ਦੀ ਬਕਟ ਬੁੱਕ ਲਈ। ਅੱਛਾ ਜੀ, ਇਕੱਲੀ ਬੁੱਕ ਸਿਸਟਮ ਜਿਹਾ ਜਿਹਾ ਕੋਈ ਲਵਾਓ ਉਹ ਹੀ ਰੇਟ ਹੈ। ਠੀਕ ਹੈ ਜੀ, ਸਿਸਟਮ ਵਧੀਆ ਤਾਂ ਵਧੀਆ ਕਿੰਨੇ ਦਾ? ਸਿਸਟਮ ਇਕੱਲਾ ਲਾਈਕਾ ਦੇ ਬਣੇ ਜੀ। ਅੱਛਾ ਜੀ, ਉਹ ਮੌਕੇ 'ਤੇ ਦੇ ਦਾਂਗੇ ਰੇਟ। ਠੀਕ ਹੈ ਜੀ, ਅਤੇ ਹੁਣ ਆਪਾਂ ਗਏ ਜੀ CBL ਵਾਲਿਆਂ ਦੇ। ਸੁਪਰ ਸੀਟਰ 7 ਫੁੱਟ ਰੇਟ ਹੈਗਾ ਆ ਜੀ, ਮਾਘੀ ਦੇ ਔਫਰ ਚੱਲਦੇ ਆ 30,000 ਦੀ, 2,40,000 ਦਾ ਮੇਲਾ ਰੇਟ, 2,10,000 ਦਾ 8 ਫੁੱਟੇ ਦਾ, 2,20,000 ਦਾ। ਦੇਖੋ ਪਿੱਛੇ ਤਾਵੀਆਂ ਦਿੱਤੀਆਂ ਗਈਆਂ ਨੇ, ਇੱਕ ਪਿੱਛੇ ਰੂਲਾ ਦਿੱਤਾ ਗਿਆ ਜੀ, ਅਤੇ 0 ਟਰੈਲ ਆ ਗਈ 13-10, ਅਤੇ 58,000 ਰੁਪਇਆ ਇਸ ਦਾ ਰੇਟ ਆ। ਅਤੇ ਰੂਟਾਵੇਟਰ ਆ ਗਿਆ 7 ਫੁੱਟ ਆ, 1,05,000 ਰੇਟ ਆ। ਮੇਲੇ 'ਤੇ ਆਵਾਂਗੀ ਔਫਰ ਚੱਲਦੀ ਆ 5,000 ਲੈਸ 1,00,000 ਰੁਪਈਏ ਦਾ, ਅਤੇ 8 ਫੁੱਟ ਦਾ 5,000 ਹੋਈ ਮਹਿੰਗਾ ਹੋ ਜਾਂਦਾ ਹੈ ਜੀ। ਪਲਾਓ ਨੇ ਗੇ JCBL ਦੇ 3 MBA, 2,00,000 ਰੁਪਇਆ ਰੇਟ ਆ, 81 ਹੋ ਗਿਆ ਮੇਲੇ ਕਰਕੇ। ਮੇਲੇ 'ਤੇ ਬਹੁਤ ਘੱਟੇ ਨੇ ਜੀ ਰੇਟ, ਜੇ ਕਿਸੇ ਨੇ ਲੈਣਾ ਹੈ ਤਾਂ ਮੇਲੇ 'ਤੇ ਆ ਕੇ ਲੈ ਕੇ ਜਾ ਸਕਦੇ ਹੋ। ਮਲਚਰ ਆ ਗਿਆ ਦੇਖੋ 7 ਫੁੱਟ ਆ, 1,55,000 ਉਹ, 1,50,000 ਦਾ ਹੁਣ। ਅਤੇ ਹੁਣ ਆਪਾਂ ਕਰਤਾਰ ਕੰਬਾਈਨ ਤੁਹਾਨੂੰ ਦਿਖਾਉਣ ਲੱਗੇ 4,000। ਤੁਸੀਂ ਜਾਣਦੇ ਹੋ ਕਿ ਵਧੀਆ ਕਰਤਾਰ ਬ੍ਰੈਂਡ ਜਿਹੜਾ ਵਧੀਆ ਕੰਪਨੀ ਆ। ਦੇਖੋ ਪਹਿਲਾਂ ਮੈਂ ਇਸਦੇ ਉਗਰ ਤੋਂ ਸ਼ੁਰੂ ਕਰਦਾ। ਉਗਰ ਦੇ ਵਿੱਚ ਐਂ ਪਿੰਡ ਦਿੱਤਾ ਗਿਆ ਆ ਬਈ, ਇਸ ਦੇ ਵਿੱਚ ਜਿਹੜਾ ਕਟਰ ਵਾਲਾ ਤੁਹਾਡਾ ਆਜੂਗਾ। ਅਤੇ ਦੇਖੋ ਹੈਲੋਜਨ ਪੂਰੀਆਂ ਵਧੀਆ ਲਾਈਟਾਂ, ਸਟਾਈਲਿਸ਼ ਡੈਸਕ ਬਰੇਕ ਕੁਆਲਿਟੀ ਦੇ ਨੇ, ਲੋਹਾ ਪੂਰੀ ਕੁਆਲਿਟੀ ਦਾ ਆ। ਅਤੇ ਕਹਿੰਦੇ ਬਈ ਜਿੱਥੇ ਇਹਦੇ ਵੱਧ ਕਸਾਈ ਵਾਲਾ ਪਾਰਟ ਆ ਉੱਥੇ ਅਲਮੀਨੀਅਮ ਉਹ ਸਟੀਲ ਲੱਗਿਆ ਹੋਇਆ ਵਾ। ਦੇਖੋ ਜਿਵੇਂ ਲਾਲ ਹੀ ਨੋ ਇੰਜਣ ਆ 5 HP ਦਾ, ਅਤੇ ਡੈਸਕ ਬਰੇਕਾਂ ਹਾਈ ਕੁਆਲਿਟੀ ਵਾਲਾ ਗੇਅਰ ਲੱਗਿਆ ਆ। ਫਰੰਟ ਟਾਇਰ ਦਾ ਸਾਈਜ਼ ਉਹੀ ਮਸ਼ੀਨ ਨਾਲ 18-34, ਅਤੇ ਬੈਕ ਦਾ 9-6-9-16 ਦਾ ਟੂਲ ਬਾਕਸ ਆ ਗਿਆ। ਦੇਖੋ ਟਰਬੋ ਇੰਜਣ ਆ, ਦੇਖੋ ਟਰਬੋ ਵਾਸਤੇ ਏਅਰ ਕਲੀਨਰ ਕਿੰਨਾ ਵੱਡਾ ਦਿੱਤਾ ਗਿਆ, SMS ਲਵਾਉਣ ਵਾਸਤੇ ਵੀ ਦਿੱਤੀ ਗਈ ਆ। ਦੇਖੋ ਟਰਬੋ, ਦੇਖੋ ਜਿੱਥੇ ਕਿਤੇ ਵੱਧ ਕਸਾਈ ਹੁੰਦੀ ਆ ਤਾਂ ਉੱਥੇ ਸਟੀਲ ਪਾਰਟ ਲੱਗਿਆ ਆ, ਬਾਕੀ ਸਾਰਾ ਤਾਂ ਉਹੀ ਫੀਚਰ ਨੇਗੇ। ਦੇਖੋ ਪਾਵਰ ਪ੍ਰੈਸ਼ਰ ਆ, ਜਿਹੜਾ ਆਪਣਾ ਏਅਰ ਫਿਲਟਰ ਦਿੱਤਾ ਗਿਆ, ਦੇਖੋ ਇਹ ਆਪਦੇ ਆਪ ਹੀ ਸਾਫ਼ ਹੁੰਦਾ, ਆਟੋ ਕਲੀਨਿੰਗ ਦਾ ਸਿਸਟਮ ਦਿੱਤਾ ਗਿਆ ਇਸ ਵਿੱਚ। ਅਤੇ ਇਸਦਾ ਜਿਹੜਾ ਪ੍ਰਾਈਜ਼ ਆ ਉਹ ਹੈਗਾ 24,50,000 ਰੁਪਈਆ, ਸਾਰਾ ਕੁਛ ਕਰਕੇ। ਮਾਘੀ ਦੇ ਮੇਲੇ ਦੀ ਔਫਰ ਵੀ ਚੱਲਦੀ ਆ, 24,50,000 ਰੇਟ ਆ, ਦੇਖ ਲੈਂਦੇ ਤੁਸੀਂ। ਹਾਂ, ਵਧੀਆ ਸਿਸਟਮ ਸਾਰਾ, ਭਾਰੀ ਕੁਆਲਿਟੀ ਦਾ ਲੋਹਾ ਲੱਗਿਆ ਆ, ਸਫਾਈ ਦਾ ਤੁਸੀਂ ਪਤਾ ਹੀ ਆ ਵੀ ਕਰਤਾਰ ਕਿੰਨੀ ਕੁ ਵਧੀਆ ਕਰਦੀ ਆ। ਬੋਤਾਂ 'ਤੇ ਆਪਾਂ ਇਹਦੀ ਅੱਗੇ ਵੀਡੀਓ ਪਾਈ ਹੋਈ ਆ, ਆਪਣੇ ਚੈਨਲ 'ਤੇ ਦੇਖ ਸਕਦੇ ਹੋ ਤੁਸੀਂ। ਪ੍ਰਾਈਜ਼ ਪ੍ਰੂਈਜ਼ ਆਪਾਂ ਤੁਹਾਨੂੰ ਦੱਸੇ ਹੋਏ ਆ ਸਾਰਿਆਂ ਦੇ, ਉਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਉੱਥੇ ਦਿਖਾਈਆਂ ਸੀ ਤੁਹਾਨੂੰ PHDML ਵਾਲੇ ਵਿੱਚ। ਸਭ ਤੋਂ ਵੱਧ ਕਟਾਈ ਵਾਲਾ ਟਰੈਕਟਰ ਆ ਜੀ ਇਹ, ECDS ਦੇ ਨਾਲ ਆਉਂਦਾ ਸਿਸਟਮ ਦੇ। ਬਾਕੀ ਤੁਸੀਂ ਆ ਛੋਟਾ ਟਰੈਕਟਰ ਦੇ ਸਕਦੇ ਹੋ।
4501 ते हुण आपां आ गए फील्ड शक्ति वालिआं ने हरियाणे दी कंपनी आ तिन बुलाओ ने गे देखो मोहरा वधिया ढंग नाल बणे तुहानूं ने देखो टायर लग्या उहदे नाल फील्ड शक्ति दी मार्केटिंग सारी मेला 1,40,000 दे ने देखो नाले सबसिडी अलेव होया इस दे नाल मेला 1,40,000 दा तिन बुलाओ ने फील्ड शक्ति वालिआं ने ते ਆਉਣਾ ਵਾ ਅਗੇ DI 750 ਸੋਨਾਲੀਕਾ ਟਾਈਗਰ 60 ਮੋਸਟ ਵੈਲਕਮ ਹਾਰਦਿਕ ਸਵਾਗਤ ਹੈ ਜੀ ਲੱਖ ਲੱਖ ਵਧਾਈ ਹੈ ਜੀ ਮੋਸਟ ਵੈਲਕਮ ਪ੍ਰਾਈਜ਼ ਤੇ ਕਿਤੇ ਲਿਖਿਆ ਨਹੀਂ ਹੋਇਆ ਇਸ ਕਰਕੇ ਪ੍ਰਾਈਜ਼ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਠੀਕ ਹਾਂਜੀ 3 ਸਪੀਡ ਆ ਠੀਕ ਹੈ ਜੀ ਕਿੰਨੀ ਪਾਵਰ ਆਈ ਇਹਦੀ ਪਾਵਰ ਕਿੰਨੀ ਹੈ ਜੀ ਇਹ 50 ਪਾਵਰ ਆਈ ਠੀਕ ਹੈ ਜੀ ਅਤੇ ਆ ਗਿਆ 50-15 ਇਹਦਾ ਕੀ ਪ੍ਰਾਈਜ਼ ਹੈ ਜੀ 7,30,000 ਅੱਛਾ ਕੀ ਇਹਦੇ ਫੀਚਰ ਕੀ ਨੇ ਜੀ ਫੰਕਸ਼ਨ ਅਤੇ ਫੀਚਰ 10 ਸਪੀਡਾਂ ਦੀਆਂ ਫਰੰਟ ਹੈ ਅੱਛਾ ਜੀ ਠੀਕ ਹੈ ਜੀ ਅਤੇ ਕਿੰਨਾ ਪਾਵਰ ਆ ਜੀ ਇਹ ਠੀਕ ਹੈ ਜੀ ਹੋਰ ਇਸ ਵਿੱਚ ਕਿਹੜੇ ਫੀਚਰ ਨੇ ਹੋਰ ਜੀ 5 ਸਾਲ ਦੀ ਵਾਰੰਟੀ ਹੈ ਟਰੈਕਟਰ ਅੱਛਾ ਜੀ ਠੀਕ ਹੈ ਜੀ ਠੀਕ ਹੈ ਟਰੈਕਟਰ 58 ਪਾਵਰ 'ਚ ਆ ਗਿਆ ਵੀਰ ਜੀ ਅੱਛਾ ਜੀ ਅਤੇ ਆਪਣਾ 3 ਸਿਲੰਡਰ 'ਚ ਆ ਗਿਆ ਠੀਕ ਹੈ ਜੀ ਬਾਕੀ ਸਮਾਰਟ ਟਰੈਕਟਰ ਸਮਾਰਟ ਦਾ ਕਿੱਟ ਆ ਤੁਹਾਨੂੰ ਪਤਾ ਹੀ ਆ ਅੱਛਾ ਜੀ ਇਹਦੇ ਨਾਲ ਕੀ ਹੈ ਵੀ ਅਨਲੌਕ ਹੋਏ ਤੋਂ ਬਿਨਾਂ ਸਟਾਰਟ ਨਹੀਂ ਹੋਣਾ ਬਿਨਾਂ ਸਟਾਰਟ ਨਹੀਂ ਹੁੰਦਾ ਬਾਕੀ 3 ਪੰਪ ਨੇ ਟਰੈਕਟਰ ਦੇ ਵਿੱਚ ਅੱਛਾ ਜੀ 3 ਪੰਪ ਨੇ ਕਿਸੇ ਟਰੈਕਟਰ 'ਚ ਨਹੀਂ ਹੈਗੇ ਬਾਕੀ ਤਾਂ ਆਮ ਟਰੈਕਟਰ 'ਚ 2 ਹੀ ਹੁੰਦੇ ਆ ਅੱਛਾ ਜੀ ਇਹਦਾ ਪਾਵਰ ਸਟੇਰਿੰਗ ਦਾ ਲਹਿਦਾ ਡਿਸਟ੍ਰੀਬਿਊਟਰ ਦਾ ਲਹਿਦਾ ਅਤੇ ਲਿਫਟ ਪੰਪ ਵਿੱਚ ਹੀ ਹੈ ਅੱਛਾ ਜੀ 3 ਅੱਡ ਹੁੰਦੇ ਆ ਇਹਦਾ ਤਾਂ ਲਿਫਟ ਪੰਪ ਵਿੱਚ ਹੀ ਹੁੰਦਾ ਮੈਸੀ ਦਾ ਤਾਂ ਨਾਲ ਟਰੈਕਟਰ ਦੇ ਕਲੱਚ ਤੁਹਾਨੂੰ ਪਲੇ ਪਾਉਣੀ ਹੈ ਇੱਥੋਂ ਕਲੱਚ ਦੀ ਪਲੇ ਦੇ ਵਿੱਚ ਐਡਜਸਟ ਬੱਤੀ ਆ ਠੀਕ ਹੈ ਜੀ ਨਾਲ ਹੀ ਕੁਆਟਰ ਇਹ ਇਨਲਾਈਨ ਪੰਪ ਦੇ ਨਾਲ ਆਉਂਦਾ ਜਾਂ ਰੂਟਰੀ ਨਾਲ ਹੀ ਰੂਟਰੀ ਦੇ ਨਾਲ ਆਉਂਦਾ ਰੂਟਰੀ ਦੇ ਨਾਲ ਉਹਦੇ ਨਾਲ ਹੀ ਮੈਂ ਕੋ ਬਸ ਕੰਪਨੀ ਦਾ ਪੰਪ ਆ ਠੀਕ ਹੈ ਜੀ ਟਰਬੋ ਵਾਲਾ ਟਰੈਕਟਰ ਆ ਗਿਆ ਨਾ ਠੀਕ ਹੈ ਜੀ ਤੇ ਨਾਲ ਹੀ 4 ਤਰ੍ਹਾਂ ਦੀ ਕਿੱਟ ਚੱਲਦੀ ਹੈ ਇਹਦੇ 'ਚ ਜਿਹੜਾ ਟੀਟੀ ਵਾਸ ਫੋਨ ਕਰਕੇ ਠੀਕ ਹੈ ਯੂਜ਼ ਕਰ ਦਿਓ ਕਿਤੇ ਕੰਮ ਚੱਲ ਗਿਆ ਸਮਾਰਟ ਮੀਟਰ ਲੱਗਿਆ ਉੱਪਰ ਦੇਖੋ ਅੱਛਾ ਬੈਠ ਕੇ ਇਹ ਲਿਫਟ ਵੀ ਦੱਸੂਗਾ ਤੁਹਾਡੀ ਅੱਛਾ ਜੀ ਟਰੈਕਟਰ ਕਿਤੇ ਚੌਕ ਹੋ ਗਿਆ ਏਅਰ ਕਲਿੰਡਰ ਦਾ ਉਹ ਵੀ ਤੁਹਾਨੂੰ ਇੱਥੇ ਇੰਡੀਕੇਸ਼ਨ ਕਰੂਗਾ ਠੀਕ ਹੈ ਜੀ ਟਰੈਕਟਰ ਦੀ ਸਰਵਿਸ ਹੋਣ ਵਾਲੀ ਆ ਉਹ ਵੀ ਇੱਥੇ ਇੰਡੀਕੇਸ਼ਨ ਕਰੂਗਾ ਠੀਕ ਹੈ ਜੀ ਨਾਲ ਹੀ ਲਿਫਟ ਦੱਸੂਗਾ ਤੁਹਾਡੀ ਕਿੰਨੇ ਇੰਚ ਤੇ ਗਹਿਰਾਈ ਤੇ ਚੱਲ ਰਹੀ ਹੈ ਠੀਕ ਹੈ ਜੀ ਇਹ ਜੀ ਸਿਸਟਮ ਤੇ 16 ਸਪੀਡਾਂ 'ਚ ਆ ਗਿਆ 12 ਫੋਰਵਰਡ 4 ਵਰਸ 'ਚ ਠੀਕ ਹੈ ਜੀ ਤੇ ਨਾਲ ਹੀ ਮੋਬਾਈਲ ਚਾਰਜ ਦਿੱਤਾ ਹਾਂਜੀ ਨਾਲ ਹੀ ਇੱਥੇ ਬੈਠਣ ਲਈ ਪੂਰਾ ਪਲੇਟਫਾਰਮ ਖੁੱਲ੍ਹਾ ਦਿੱਤਾ ਹਾਂਜੀ ਪਲੇਟਫਾਰਮ ਇਹ ਬਹੁਤ ਵਧੀਆ ਚੀਜ਼ ਹੈ ਨਾਲ ਹੀ ਟਰਾਂਸਪੋਰਟ ਵਾਲ ਦਿੱਤਾ ਹਾਂਜੀ ਇਹਦਾ ਫਾਇਦਾ ਕਿਤੇ ਆਪਾਂ ਨੇ ਰੋਡ 'ਤੇ ਜਾਣਾ ਤਾਂ ਇਹਨੂੰ ਬੰਦ ਕਰ ਦਿਓ ਐਪਲੀਮੈਂਟ ਦਾ ਕੋਈ ਐਕਸੀਡੈਂਟ ਦਾ ਕੋਈ ਟੈਂਸ਼ਨ ਨਹੀਂ ਰਹਿੰਦੀ ਹਾਂਜੀ ਅਤੇ ਸੀਟ ਐਡਜਸਟੇਬਲ ਆ ਹਾਂਜੀ ਅੱਗੇ ਪਿੱਛੇ ਹੋ ਜਾਂਦੀ ਆ ਇਹ 3 ਸਪੀਡਾਂ ਜਾਂਦਾ ਨਾ ਜੀ ਇਹ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਬਾਕੀ ਤੁਸੀਂ ਦੇਖ ਸਕਦੇ ਸਮਾਰਟ ਸ਼ੋਅ ਦੇ ਵਿੱਚ ਆਉਣਾ ਬਹੁਤ ਵਧੀਆ ਲੱਗਦੇ ਆ ਸ਼ੋਅ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਰੀਫਿਲ ਵਿਦ ਦੀ ਟੈਂਪੇ ਓਵਰ ਇਕੱਲੇ ਟੈਂਪੇ ਦੇ ਓਇਲ ਨਾਲ ਹੀ ਚੱਲਦੇ ਨੇ ਜੀ ਦੇਖੋ ਬਹੁਤ ਵਧੀਆ ਟਰੈਕਟਰ ਆ ਫਲੈਟ ਪਲੈਟਫਾਰਮ ਆ ਬੜਾ ਨਜ਼ਾਰਾ ਆਉਂਦਾ ਉੱਤੇ ਬਹਿ ਕੇ ਤਾਂ ਜੀ ਐਂ ਲੱਗਦਾ ਬਈ ਕਿਸੇ ਜਹਾਜ਼ 'ਤੇ ਬੈਠੇ ਹੁੰਦੇ ਆ ਉੱਚਾ ਬਹੁਤ ਆ ਟਰੈਕਟਰ ਨਾਲੇ ਠੀਕ ਹੈ ਜੀ ਅਤੇ ਆਹ ਲੈਫਟ ਕੰਟਰੋਲਰ ਆ ਗਿਆ ਵੀ ਕਿੰਨੇ ਇੰਚ ਦੇ ਤੁਹਾਡੀ ਲੈਫਟ ਚੱਲ ਰਹੀ ਆ ਵੀ ਬੈਰਕੋਲ ਥੱਲੇ ਆ ਇੱਥੇ ਇੱਥੇ ਲਾ ਦੋਂਗੇ ਬੈਰਕੋਲ ਉੱਤੇ ਵੀ ਜਿਵੇਂ ਕੋਈ ਇੰਪਲੀਮੈਂਟ ਪਾਇਆ ਹੋਇਆ ਤਾਂ ਤੁਸੀਂ ਡੈਫਟ ਦੇਖ ਸਕਦੇ ਹੋ 6 ਕਰ ਦੋਂਗੇ ਤਾਂ ਇਹ ਰਿਵਰਸ ਅੱਗੇ ਅੱਗੇ ਕਰ ਦੋਂਗੇ ਫਾਰਵਰਡ ਹੋ ਜੀ ਪਿੱਛੇ ਕਰ ਦੋਂਗੇ ਰਿਵਰਸ ਹੋ ਜੂਗਾ ਜੀ ਠੀਕ ਹੈ ਜੀ ਅਗਲਾ ਹਿੱਸਾ ਆਇਲ ਦੇ ਵਿੱਚ ਡੁੱਬਿਆ ਹੋਇਆ ਠੀਕ ਹੈ ਜੀ ਠੀਕ ਆ ਹਾਂਜੀ ਪਲੰਟਰੀ ਪਲੱਸ ਆ ਮਗਰੋਂ ਵੀ ਦੇਖ ਲੈ ਹਾਂਜੀ ਹਾਂਜੀ ਉਹ ਪਲੰਟਰੀ ਉੱਥੇ ਦਿੱਤੀ ਹੈ 20-50 ਲਿਫਟਿੰਗ ਕੈਪੈਸਿਟੀ
ਕਿੰਨੀ ਜੀ? 30-50 30-50 30-50 ਲੈਫਟ ਕਪੈਸਿਟੀ ਆ ਅਤੇ ਸਾਰਾ ਹਿੱਸਾ ਜਿਹੜਾ ਆਇਲ ਦੇ ਵਿੱਚ ਡੁੱਬਿਆ ਆ ਪੈਂਟਰੀ ਡਰਾਈਵ ਦੇ ਨਾਲ। ਤੁਹਾਨੂੰ ਪਤਾ ਹੈ ਰਾਜਸਥਾਨ ਦੇ ਵਿੱਚ ਬਹੁਤ ਚੱਲਦੇ ਨੇ ਟਰੈਕਟਰ ਜੀ, ਮੈਸੀ ਤੋਂ ਬਿਨਾਂ ਉੱਥੇ ਕੋਈ ਟਰੈਕਟਰ ਖੜ੍ਹਦਾ ਨਹੀਂ ਗਾ। ਉਹਦੇ ਵਿੱਚ ਜਿੰਨਾ ਉੱਦਾਂ ਜਿੰਨਾ ਮੈਸੀ ਚੱਲਦਾ ਆ ਉਨਾ ਇੱਧਰ ਨਹੀਂ ਚੱਲਦਾ ਹਾਲੇ। ਇਹ ਫਲੈਟ ਪਲੈਟਫਾਰਮ ਦੇ ਨਾਲ ਆਉਂਦਾ ਦੇਖੋ ਜੀ, ਠੀਕ ਆ ਜੀ। ਸਲਾਂ ਜਾਂ ਇਹਨੂੰ ਦੂਜੀ ਆਉਂਦੀ ਆ ਵਿੱਚੋਂ ਖਾਲੀ ਜਿਹੜੀ ਆਉਂਦੀ ਆ। ਇਸ ਸੈਲਫ ਦੇਖੋ ਬਹੁਤ ਛੋਟੀ, ਦੋ ਪੰਪ ਦਿੱਤੇ ਗਏ ਆ ਦੇਖੋ ਚੜ੍ਹਨ ਵਾਸਤੇ। ਬਹੁਤ ਵਧੀਆ ਵਧੀਆ ਲਾਈ ਹੋਈ ਚੀਜ਼। ਤਿੰਨ ਪਲੇਟਾਂ ਨੇਗੀਆਂ ਬੈਕ ਸਾਈਡ 'ਤੇ, ਇਹ ਨੇਗੀਆਂ 36-36 ਕਿਲੋ ਦੀਆਂ ਦੇਖੋ। ਤਾਂ ਇੱਕ ਹੋਰ ਆਪਸ਼ਨ ਦਿੱਤੀ ਗਈ ਵੀ ਜੇ ਤੁਸੀਂ ਹੋਰ ਲਿਆਉਣਾ ਹੈ, ਇੱਕ ਪੀਟੀਓ ਹੋਰ ਪਾਉਣੀ ਹੈ ਪਿੱਛੇ। ਉੱਚਾ ਬਹੁਤ ਆ ਟਰੈਕਟਰ, ਹਾਈਟ ਨੂੰ ਵੱਧ ਉੱਚਾ ਟਰੈਕਟਰ ਆਈ ਇਹ। ਇੰਜਣ ਦੇਖ ਸਕਦੇ ਹੋ ਬੋਸ਼ ਕੰਪਨੀ ਦਾ ਪੰਪ ਆਉਂਦਾ, ਚਾਰ ਸਿਲੰਡਰ। ਪ੍ਰੀਤ ਕੰਪਨੀ ਆਪਦਾ ਇੰਜਣ ਲਾਉਂਦੀ ਹੈ ਜੀ। ਉੱਤੇ ਬਹਿ ਕੇ ਦਿਖਾ ਦਿੰਦੇ ਹਾਂ ਟਰੈਕਟਰ 'ਤੇ, ਹੱਥ ਪਾਉਣ ਨੂੰ ਦਿੱਤਾ ਗਿਆ। ਇਹਦੀ ਸੀਟ ਬਹੁਤ ਜ਼ਿਆਦਾ ਵਧੀਆ ਆ ਉਸ ਟਰੈਕਟਰ ਨਾਲੋਂ, ਠੀਕ ਆ ਜੀ। ਅਤੇ ਚਾਰ ਗੇਅਰ, ਫਿਰ ਆ ਗਏ ਰੀਵਰ ਲੈਫਟ ਵਾਲੇ, ਠੀਕ ਆ ਜੀ। ਸੀਟ ਬੈਲਟ ਨਾਲ ਆਉਂਦਾ ਦੇਖੋ, ਠੀਕ ਆ ਜੀ। ਰਿਵਰਸ ਅਤੇ ਫੋਰਵਰਡ ਪੀ ਟੀ ਓ ਵਾਲਾ ਕਲੱਚ ਆ ਗਿਆ, ਫੋਰਵਰਡ ਐਂਡ ਰਿਵਰਸ ਗੇਅਰ ਆ ਗਏ, ਠੀਕ ਆ ਜੀ। ਆਹ ਫੋਰ ਵੀਲ ਵਾਲਾ ਗੇਅਰ ਆ ਗਿਆ, ਏ ਬੀ ਸੀ ਗੇਅਰ, ਹਾਈਲੋ ਮੀਡੀਅਮ। ਇੱਧਰ ਇਹਦੇ ਇੱਥੇ ਆਉਂਦਾ ਦੇਖੋ ਜੀ, ਨਹੀਂ ਇੱਥੇ ਆਉਣਾ ਇਹਦੇ ਇੱਥੇ ਆਉਂਦਾ ਆ। ਅਤੇ ਪ੍ਰਾਈਜ਼ ਆਪਾਂ ਤੁਹਾਨੂੰ ਇਹ ਪੁੱਛ ਕੇ ਦੱਸਦੇ ਹਾਂ ਵੀ ਕਿੰਨੀ ਪ੍ਰਾਈਜ਼ ਆ। ਛੋਟੀ ਜਿਹੀ ਜੂ ਆ ਦੇਖੋ, ਬੰਦੇ ਨੂੰ ਬਚਾਉਣ ਜੋਗੀ। ਕੰਜਸਟਿੰਗ ਥੋੜ੍ਹਾ ਜਿਹਾ ਹੈਗਾ ਟਰੈਕਟਰ, ਬਈ ਐਡਜਸਟੇਬਲ ਨਹੀਂ ਹੈਗਾ ਸਟੇਅਰਿੰਗ। ਇਹ ਕੁਝ ਕੁ ਮਾੜੀਆਂ ਗੱਲਾਂ ਨੇਗੀਆਂ ਕੰਪਨੀ 'ਚ, ਹਲੇ ਵੀ ਕਰਾਉਂਦੇ ਆ ਜੀ ਕਹਿ ਕੇ ਜੀ। ₹6 ਲੱਖ ਦਾ ਜੀ। ਹਾਂਜੀ, ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਇਦਾਂ ਦੀ ਵੀਡੀਓ ਦੇਖਣ ਲਈ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਪਾਤੀ ਆ ਕਲਿੱਪ ਕੀ, ਆਪਾਂ ਮੈਸੀ 'ਤੇ ਬਣਾਵਾਂਗੇ ਵੀਡੀਓ, ਉਹ ਵੀਡੀਓ ਬਣਾ ਰਹੇ ਹਾਂ। ਅਤੇ ਮੈਸੀ 'ਤੇ ਆਪਾਂ ਵੀਡੀਓ ਬਣਾ ਰਹੇ ਹਾਂ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ ਵੀਡੀਓ ਨੂੰ। 8,85,000 ਇਹਦੀ ਵੀ ਫੁੱਲ ਕਵਰ ਕੀਤੀ ਗਈ ਹੈ ਜੀ। ਅਤੇ ਆਹ ਵੀ ਪੁੱਲ ਹੈਵੀ 'ਚ ਆ ਗਿਆ, ਇਹ ਟਰਬੋ 'ਚ ਆਉਂਦਾ ਆ, ਵਿਦਆਊਟ ਟਰਬੋ, ਵਿਦਆਊਟ ਟਰਬੋ ਹੀ ਆਉਣਾ। ਇਹ 3 ਸਪੀਡ ਆ, ਇਹ 3 ਸਪੀਡ ਆ ਜੀ। ਕਿਹੜੀ ਕੰਪਨੀ ਦਾ ਫਰੰਟ? ਇੰਡੋਫਾਰਮ ਦਾ ਹੀ, ਇੰਡੋਫਾਰਮ ਦਾ ਹੀ ਫਰੰਟ, ਠੀਕ ਆ ਜੀ। ₹4,99,000 3 ਸਪੀਡ ਨੀ ਆਉਂਦਾ। ਚਲੋ ਠੀਕ ਆ ਜੀ, ਧੰਨਵਾਦ ਜੀ ਇੱਥੋਂ ਤੱਕ ਜਾਣਕਾਰੀ ਦੇਣ। ਹਾਂਜੀ, ਅਤੇ ਇਦੋਂ ਅਗਲੀਆਂ ਸਾਰੀਆਂ ਵੀਡੀਓ ਨੇ ਜਿਹੜੀਆਂ ਆਪਣੀਆਂ ਜ਼ਿਆਦਾਤਰ ਇੰਪੋਰਟਡ ਟਰੈਕਟਰ ਦੇ ਵਿੱਚ ਆਹ ਟਰੈਕਟਰਾਂ ਦੀ ਆਉਣਗੀਆਂ। ਮੈਸੀ 205, ਫੋਰਡ 6600, ਮੈਸੀ ਫਰਗਿਊਸ਼ਨ 185, ਅਤੇ ਹੋਰ ਸੀਡ ਡਰਿੱਲਾਂ ਵੀ ਨੇਗੀਆਂ ਬਾਈ ਹੁਣਾਂ ਕੋਲ। ਸੀਡ ਡਰਿੱਲ ਦੀ ਵੀ ਦਿਖਾਵਾਂਗੇ, 1972 ਮਾਡਲ ਦੀ ਸੀਡ ਡਰਿੱਲ ਕਿਹੜੀ ਆ, ਕਨੇਡਾ ਦੀ ਮੇਡ, ਉਹ ਆਪਾਂ ਤੁਹਾਨੂੰ ਦਿਖਾਵਾਂਗੇ। ਅਤੇ ਹੋਰ ਬਾਈ ਉਹਨਾਂ ਕੋਲ ਬਹੁਤ ਟਰੈਕਟਰ ਖੜ੍ਹੇ ਨੇ, ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ। ਇੰਪੋਰਟਡ ਟਰੈਕਟਰ ਨੇ ਸਾਰੇ, ਇਹ ਇੱਕੋ ਇੱਕ ਹੀ ਆਏ ਹੋਏ ਨੇਗੇ, ਜਿਵੇਂ ਕਿ 185 ਜਿਹੜਾ ਉਹ ਵੀ ਇੱਕ ਹੀ ਆ, ਅਤੇ 205 ਇਹ ਤਾਂ ਕਿਸੇ ਕੋਲ ਹੈ ਹੀ ਨਹੀਂ 205। ਅਤੇ ਧੰਨਵਾਦ ਜੀ ਇੱਥੋਂ ਤੱਕ ਵੀਡੀਓ ਦੇਖਣ ਲਈ, ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ, ਅਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।